ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਦੇ ਲਈ ਬੀਏ ਸੈਮੈਸਟਰ 3 ਦੇ ਲਈ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਟਾਪਿਕ ਲੈ ਕੇ ਆਇਆ ਵਿਸ਼ੇਸ਼ ਅਖਬਾਰੀ ਰਿਪੋਰਟ ਵਿਸ਼ੇਸ਼ ਅਖਬਾਰੀ ਰਿਪੋਰਟ ਕੀ ਹੈ ਜਾਂ ਡੂੰਗੀ ਰਿਪੋਰਟ ਕੀ ਹੈ ਠੀਕ ਹੈ ਇਸ ਨੂੰ ਲਿਖਣ ਦੀਆਂ ਵਿਧੀਆਂ ਜਾਂ ਇਸ ਦੇ ਜਿਹੜੇ ਕੀ ਤੱਤ ਕਿਹੜੇ-ਕਿਹੜੇ ਨੇ ਤੇ ਇਸ ਦੀਆਂ ਸ਼ੈਲੀਆਂ ਠੀਕ ਹੈ ਇਹ ਆਪਾਂ ਤਿੰਨੋਂ ਚਾਰੋ ਕੁਐਸਚਨਸ ਇਸ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਲਾਵਾਂਗੇ ਪਰਿਭਾਸ਼ਾ ਅਗਰ ਤੁਹਾਨੂੰ ਵਿਸ਼ੇਸ਼ ਅਖਬਾਰੀ ਰਿਪੋਰਟ ਕੀ ਹੈ ਤੇ ਇਸ ਦੇ ਤੱਤ ਆਉਂਦੇ ਨੇ ਤਾਂ ਵੀ ਤੁਸੀਂ ਪਰਿਭਾਸ਼ਾ ਜ਼ਰੂਰ ਲਿਖਣੀ ਹੈ ਵਿਸ਼ੇਸ਼ ਅਖਬਾਰੀ ਰਿਪੋਰਟ ਹੈ ਕੀ ਫਿਰ ਉਹਦੇ ਤੱਤ ਲਿਖਣੇ ਨੇ ਅਗਰ ਤੁਹਾਨੂੰ ਆਉਂਦਾ ਕੁਐਸਚਨ ਕਿ ਵਿਸ਼ੇਸ਼ ਅਖਬਾਰੀ ਰਿਪੋਰਟ ਲਿਖਣ ਦੀਆਂ ਸ਼ੈਲੀਆਂ ਕਿਹੜੀਆਂ ਨੇ ਤਾਂ ਵੀ ਤੁਸੀਂ ਪਹਿਲਾਂ ਵਿਸ਼ੇਸ਼ ਅਖਬਾਰੀ ਰਿਪੋਰਟ ਹੈ ਕੀ ਇਹਦੀ ਪਰਿਭਾਸ਼ਾ ਦੋਵਾਂਗੇ ਠੀਕ ਹੈ ਫਿਰ ਤੁਸੀਂ ਉਹਦੀ ਸ਼ੈਲੀ ਲਿਖਣੀ ਹੈ ਅਗਰ ਤੁਹਾਨੂੰ ਵਿਧੀ ਦੇ ਢੰਗ ਵੀ ਪੁੱਛੇ ਜਾਣ ਫਿਰ ਵੀ ਪਹਿਲਾਂ ਤੁਸੀਂ ਪਰਿਭਾਸ਼ਾ ਦੇਣੀ ਹੈ ਫਿਰ ਉਹਦੀ ਵਿਧੀ ਦਾ ਢੰਗ ਵਿਧੀ ਬਾਰੇ ਦੱਸਣਾ ਠੀਕ ਹੈ ਜਾਂ ਢੰਗ ਦੱਸਨੇ ਵਿਧੀ ਢੰਗ ਇੱਕੋ ਗੱਲ ਹੋ ਗਈ ਪਰਿਭਾਸ਼ਾ ਦੇ ਵਿੱਚ ਅਖਬਾਰੀ ਰਿਪੋਰਟ ਔਰ ਰਿਪੋਰਟ ਹੁੰਦੀ ਹੈ ਜੋ ਅਖਬਾਰ ਦੇ ਵਿੱਚ ਛਪਦੀ ਹੈ ਇਨ ਸ਼ਾਰਟ ਦੇ ਵਿੱਚ ਅਖਬਾਰੀ ਰਿਪੋਰਟ ਕਿਹੜੀ ਹੁੰਦੀ ਹੈ ਔਰ ਰਿਪੋਰਟ ਜਿਹੜੀ ਅਖਬਾਰ ਦੇ ਵਿੱਚ ਛਪਦੀ ਆ ਜਿਹੜੀ ਨਿਊਜ਼ਪੇਪਰ ਦੇ ਵਿੱਚ ਛਪਦੀ ਆ ਉਹਨੂੰ ਆਪਾਂ ਅਖਬਾਰੀ ਰਿਪੋਰਟ ਕਹਿੰਦੇ ਆ ਤਹੇ ਕਿਸੇ ਕਿਸੇ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਇਸ ਤੋਂ ਆਪਾਂ ਨੂੰ ਤੇ ਇਸ ਦੇ ਨਾਲ ਕਿਸੇ ਘਟਨਾ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਹੁਣ ਵਿਸ਼ੇਸ਼ ਖਵਾਰੀ ਰਿਪੋਰਟ ਵਿਸ਼ੇਸ਼ ਖਵਾਰੀ ਰਿਪੋਰਟ ਨੂੰ ਵੀਟ ਰਿਪੋਰਟ ਵੀ ਕਿਹਾ ਜਾਂਦਾ ਹਾਂਜੀ ਕੀ ਕਿਹਾ ਜਾਂਦਾ ਵੀਟ ਰਿਪੋਰਟ ਵੀਟ ਰਿਪੋਰਟ ਵੀ ਇਹਨੂੰ ਕਿਹਾ ਜਾਂਦਾ ਜੋ ਕਿ ਪੱਤਰਕਾਰੀ ਲਿਖਣ ਕਲਾ ਦੀ ਇੱਕ ਵਿਸ਼ੇਸ਼ ਵਿਧਾ ਪੱਤਰਕਾਰੀ ਲਿਖਣ ਕਲਾ ਦੀ ਇੱਕ ਵਿਸ਼ੇਸ਼ ਵਿਧਾ ਜਿਹਨੂੰ ਆਪਾਂ ਵੀਟ ਰਿਪੋਰਟ ਕਹਿੰਦੇ ਆ ਉਹ ਵਿਸ਼ੇਸ਼ ਅਖਬਾਰੀ ਰਿਪੋਰਟ ਨੂੰ ਕਿਹਾ ਜਾਂਦਾ ਠੀਕ ਹੈ ਤੇ ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਕਿਸੇ ਮਸਲੇ ਖੇਤਰ ਸੰਸਥਾ ਜਾਂ ਕੋਈ ਸੰਗਠਨ ਆ ਸਬੰਧੀ ਹੌਲੀ-ਹੌਲੀ ਲਗਾਤਾਰ ਡੂੰਘਾਈ ਦੇ ਨਾਲ ਰਿਪੋਰਟਿੰਗ ਕਰਨ ਦੀ ਇੱਕ ਕਲਾ ਹੈ ਪਾਵ ਕੀ ਜਦੋਂ ਜਿਹੜੀ ਵਿਸ਼ੇਸ਼ ਅਖਬਾਰੀ ਰਿਪੋਰਟ ਹੋ ਰਿਪੋਰਟ ਹੁੰਦੀ ਆ ਜਿਹਦੇ ਵਿੱਚ ਕਿਸੇ ਸੰਸਥਾ ਕਿਸੇ ਮਸਲਾ ਕਿਸੇ ਸੰਗਠਨ ਬਾਰੇ ਜਾਣਕਾਰੀ ਦੇਣੀ ਆ ਤਾਂ ਉਹਦੇ ਨਾਲ ਬਹੁਤ ਹੀ ਡੂੰਗੀ ਲਗਾਤਾਰ ਜਿਹੜੀ ਕਿ ਜਾਣਕਾਰੀ ਇਹਦੇ ਵਿੱਚ ਹੌਲੀ-ਹੌਲੀ ਦਿੱਤੀ ਜਾਂਦੀ ਆ ਤਾਂ ਉਸ ਕਾਰਨ ਨੂੰ ਆਪਾਂ ਕੀ ਕਹਿੰਦੇ ਆ ਜਿਹੜੀ ਕਿ ਵਿਸ਼ੇਸ਼ ਅਖਬਾਰੀ ਰਿਪੋਰਟ ਤੇ ਇਸ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਇਹਨੂੰ ਦੂਜੇ ਰਿਪੋਰਟਰਾਂ ਤੋਂ ਵੱਖ ਕਰਦੀ ਹੈ ਭਾਵ ਕਿ ਜਿਹੜੀ ਵਿਸ਼ੇਸ਼ ਖਵਾਰੀ ਰਿਪੋਰਟਾਂ ਇਹਦੇ ਵਿੱਚ ਇਹ ਕਲਾ ਕਿ ਉਹ ਲਗਾਤਾਰ ਆ ਜਿਹੜੀ ਕਿ ਡੂੰਘਾਈ ਦੇ ਵਿੱਚ ਰਿਪੋਰਟਿੰਗ ਆ ਜਿਹੜੀ ਕਿ ਸਾਹਮਣੇ ਲੈ ਕੇ ਆਉਂਦੀ ਆ ਜਿਸ ਕਰਕੇ ਇਹ ਦੂਜੇ ਜਿਹੜੇ ਕਿ ਰਿਪੋਰਟਾਂ ਦੇ ਨਾਲੋਂ ਅਲੱਗ ਹੁੰਦੀ ਆ ਤੇ ਜਿਹੜੀ ਸਮੇਂ-ਸਮੇਂ 'ਤੇ ਅਖਬਾਰਾਂ ਲਈ ਅਜਹੀਆਂ ਕਹਾਣੀਆਂ ਲਿਖਦੇ ਰਹਿੰਦੇ ਨੇ ਠੀਕ ਹੈ ਤੇ ਭਾਵ ਕਿ ਇਹ ਦੂਜਿਆਂ ਤੋਂ ਅਲੱਗ ਜਿਹੜੀ ਕਿ ਆਪਣੀ ਪਛਾਣ ਬਣਾਈ ਹੋਈ ਹੈ ਨੇ ਤੇ ਇਸ ਕਿਸਮ ਦੀ ਰਿਪੋਰਟਿੰਗ ਦੇ ਵਿੱਚ ਕੀ ਹੁੰਦਾ ਹੁਣ ਵਿਸ਼ੇਸ਼ ਅਖਬਾਰੀ ਰਿਪੋਰਟ ਹੈ ਜਿਹੜੀ ਇਹਦੇ ਵਿੱਚ ਕੀ ਹੁੰਦਾ ਇਸ ਦੇ ਵਿੱਚ ਤੱਤਾਂ ਦੀ ਵਿਆਖਿਆ ਵੀ ਸ਼ਾਮਲ ਹੁੰਦੀ ਆ ਤੇ ਇਸ ਦੇ ਵਿੱਚ ਜਿਹੜੇ ਖੋਜ ਪੜਤਾਲ ਆ ਪੂਰੀ ਇਨਵੈਸਟੀਗੇਸ਼ਨ ਸ਼ਾਮਲ ਹੁੰਦੀ ਆ ਠੀਕ ਹੈ ਤੇ ਇਸ ਰਿਪੋਰਟ ਦੇ ਵਿੱਚ ਤੱਥ ਤਾਂ ਮੌਜੂਦ ਹੁੰਦੇ ਹੀ ਹੁੰਦੇ ਨੇ ਭਾਵ ਕਿ ਫੈਕਟ ਤਾਂ ਇਹਦੇ ਵਿੱਚ ਮੌਜੂਦ ਹੁੰਦੇ ਹੁੰਦੇ ਨੇ ਤੇ ਪੱਤਰਕਾਰ ਉਹਨਾਂ ਦੀ ਵਿਆਖਿਆ ਵੀ ਕਰਦਾ ਵੀ ਜਿਹੜੇ ਫੈਕਟਰ ਲਏ ਗਏ ਨੇ ਉਹਨਾਂ ਦੀ ਅੱਗੇ ਪੂਰੀ ਡਿਟੇਲ ਦੇ ਵਿੱਚ ਉਹਨਾਂ ਦੀ ਵਿਆਖਿਆ ਵੀ ਹੁੰਦੀ ਆ ਜਿਵੇਂ ਕਿ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਕਿ ਮਨਜ਼ੂਰ ਕੀਤੇ ਗਏ ਸ਼ਰਾਬ ਦੇ ਠੇਕਿਆਂ ਦੇ ਵਿੱਚੋਂ ਠੀਕ ਹੈ ਕਿੰਨੇ ਸ਼ਹਿਰਾਂ ਦੇ ਵਿੱਚ ਠੇਕੇ ਨੇ ਜਾਂ ਹੁਣ ਦੇਖੋ ਖਬਰ ਤਾਂ ਸਿਰਫ ਇਹੀ ਸੀ ਕਿ ਸਰਕਾਰ ਵੱਲੋਂ ਜਿਹੜੇ ਕਿ ਮਨਜ਼ੂਰ ਕੀਤੇ ਗਏ ਸ਼ਰਾਬ ਦੇ ਠੇਕੇ ਬਟ ਉਹਨਾਂ ਦੇ ਵਿੱਚੋਂ ਕਿੰਨੇ ਸ਼ਹਿਰ ਦੇ ਵਿੱਚ ਨੇ ਕਿੰਨੇ ਪਿੰਡਾਂ ਦੇ ਵਿੱਚ ਨੇ ਸਰਕਾਰ ਤੇ ਇਹਨਾਂ ਤੇ ਸਰਕਾਰ ਨੇ ਕਿੰਨੀ ਡਿਊਟੀ ਲਾਉਂਦੀ ਹੈ ਤੇ ਕਿੰਨੀ ਕਮਾਈ ਕਰਕੇ ਕਿੱਥੇ-ਕਿੱਥੇ ਖਰਚ ਕਰਦੀ ਹੈ ਇਹ ਸਾਰੀ ਜਾਣਕਾਰੀ ਦੇਣਾ ਵਿਸ਼ੇਸ਼ ਅਖਬਾਰੀ ਰਿਪੋਰਟ ਦੀ ਇੱਕ ਖਾਸੀਅਤ ਹੈ ਠੀਕ ਹੈ ਤੇ ਇਹਨਾਂ ਦਾ ਨੌਜਵਾਨ ਪੀੜੀ ਨੌਜਵਾਨਾਂ ਤੇ ਕੀ ਅਸਰ ਪੈ ਰਿਹਾ ਹੈ ਤੇ ਸਾਡੇ ਤੇ ਸਾਡੇ ਸੱਭਿਆਚਾਰ ਉਤੇ ਇਸ ਦਾ ਕੀ ਚੀਜ਼ ਇਸ ਦਾ ਕੀ ਅਸਰ ਪੈ ਰਿਹਾ ਹੈ ਤੇ ਅਜਿਹੀ ਵਿਆਖਿਆ ਦੇ ਵਿੱਚ ਪੱਤਰਕਾਰ ਆ ਆਰਟੀਆਈ ਆਰਟੀਆਈ ਦੀ ਵਰਤੋਂ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਵੀ ਇਹਦਾ ਕੀ ਇਫੈਕਟ ਨਿਕਲ ਰਿਹਾ ਹੈ ਠੇਕਾ ਕੀ ਲੋਕਾਂ ਤੇ ਅਸਰ ਪੈ ਰਿਹਾ ਤੇ ਪਿੰਨ ਪਿੰਨ ਸਮਾਜਿਕ ਮੁਖੀਆਂ ਨੂੰ ਮਿਲਾ ਕੇ ਪ੍ਰਾਪਤ ਕਰਦਾ ਭਾਵਕੀ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕਰਦਾ ਉਹਨੂੰ ਆਪਾਂ ਕਹਿੰਦੇ ਆ ਵਿਸ਼ੇਸ਼ ਅਖਬਾਰੀ ਰਿਪੋਰਟ ਭਾਵਕੀ ਰਿਪੋਰਟ ਖਬਰ ਤਾਂ ਸਿਰਫ ਇਹ ਸੀ ਕਿ ਠੇਕਿਆਂ ਬਾਰੇ ਜਾਣਕਾਰੀ ਦੇਣਾ ਬਟ ਇਹਦਾ ਕੀ ਅਸਰ ਪੈ ਰਿਹਾ ਨੌਜਵਾਨ ਪੀੜ੍ਹੀ ਤੇ ਕੀ ਅਸਰ ਪੈ ਰਿਹਾ ਤੇ ਜਿਹੜੇ ਸਮਾਜ ਦੇ ਕੀ ਸਮਾਜਿਕ ਜਿਹੜੇ ਕਿ ਮੁਖੀ ਇਹ ਨੇ ਉਹਨਾਂ ਤੋਂ ਜਾਣਕਾਰੀ ਲੈਣੀ ਕਿ ਇਹਦਾ ਕੀ ਜਿਹੜੇ ਅਸਰ ਪੈ ਰਿਹਾ ਕੀ ਪ੍ਰਭਾਵ ਪੈ ਰਿਹਾ ਤੇ ਆਰਟੀਆਈ ਦੇ ਵਰਤੋਂ ਕਰਕੇ ਵੀ ਇਹਦੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਕਿ ਜਾਣਕਾਰੀ ਹਾਸਲ ਕਰਨੀ ਵਿਸ਼ੇਸ਼ਕ ਵਾਰੀ ਰਿਪੋਰਟ ਦੀ ਵਿਸ਼ੇਸ਼ਤਾ ਤੇ ਇਸੇ ਪ੍ਰਕਾਰ ਕੁਝ ਪੱਤਰਕਾਰਾਂ ਨੇ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਗਊ ਰੱਖਿਆ ਦੇ ਨਾਂ ਹੇਠ ਇਕੱਠੇ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਟੈਕਸਾਂ ਭਾਵ ਕਿ ਜਿਵੇਂ ਗਊ ਰੱਖਿਆ ਦੇ ਲਈ ਜਿਹੜੇ ਕਿ ਰੁਪਏ ਇਕੱਠੇ ਕੀਤੇ ਜਾ ਰਹੇ ਨੇ ਉਹਰੇ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨਾ ਠੀਕ ਹੈ ਉਹਨਾਂ ਦੀ ਵਰਤੋਂ ਤੇ ਜਿਹੜੀਆਂ ਆਵਾਰਾ ਗਊਆਂ ਨੇ ਉਹਨਾਂ ਦੀ ਕਿਵੇਂ ਸੰਭਾਲ ਸੰਭਾਲ ਕੀਤੀ ਜਾ ਰਹੀ ਹੈ ਉਹਦੇ ਲਈ ਕੀ ਕੀ ਕਦਮ ਚੱਕੇ ਜਾ ਰਹੇ ਨੇ ਤੇ ਪਿੰਨ ਪਿੰਨ ਜ਼ਿਲ੍ਹਿਆਂ ਤੇ ਤਹਿਸੀਲਾਂ ਦੇ ਵਿੱਚ ਗਊਆਂ ਲਈ ਕਿਵੇਂ ਗਊਸ਼ਾਲਾਵਾਂ ਨੇ ਉਹਨਾਂ ਦਾ ਸਾਰਾ ਵੇਰਵਾ ਇਕੱਠਾ ਕਰਨਾ ਤੇ ਹਾਲਤ ਕਹੇ ਜਿਹਾ ਗਊਸ਼ਾਲਾਵਾਂ ਦੀ ਤੇ ਉਹਨਾਂ ਦੀ ਅਸਲ ਜ਼ਮੀਨ ਦੀ ਹਾਲਤ ਕਿਵੇਂ ਦੀ ਉਹਨੇ ਸੰਬੰਧੀ ਸਾਰੀ ਖੋਜ ਰਿਪੋਰਟ ਤਿਆਰ ਕਰਨਾ ਜ ਕਿ ਦੀ ਜਿਹੜੀ ਖਾਸੀਅਤ ਆ ਅਖਬਾਰੀ ਵਿਸ਼ੇਸ਼ ਅਖਬਾਰੀ ਰਿਪੋਰਟ ਦੀ ਇਹ ਚੀਜ਼ ਦੀ ਖਾਸੀਅਤ ਆ ਠੀਕ ਹੈ ਭਾਗ ਕੀ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਪ੍ਰੈਸ ਰਿਪੋਰਟਾਂ ਦੇ ਵਿੱਚ ਅੱਜ ਕੱਲ ਪੱਤਰਕਾਰ ਆ ਜਿਹੜੇ ਕਿ ਫੋਟੋਆਂ ਤੇ ਡਾਕੂਮੈਂਟ ਵੀ ਸ਼ਾਮਲ ਕਰ ਲੈਂਦੇ ਨੇ ਭਾਗ ਕੀ ਫੋਟੋਆਂ ਤੇ ਡਾਕੂਮੈਂਟਸ ਦੀ ਵੀ ਵਰਤੋਂ ਕਰਦੇ ਨੇ ਹੁਣ ਵਿਸ਼ੇਸ਼ ਅਖਬਾਰੀ ਰਿਪੋਰਟ ਤਿਆਰ ਕਰਨ ਦੇ ਤਿੰਨ ਮਤਵ ਕੀ ਨੇ ਤਿੰਨ ਉਦੇਸ਼ ਨੇ ਠੀਕ ਹੈ ਪਹਿਲਾਂ ਤਾਂ ਕੀ ਹੈ ਜਾਣਕਾਰੀ ਦੇਣਾ ਹੁਣ ਵਿਸ਼ੇਸ਼ ਖਵਾਰੀ ਰਿਪੋਰਟ ਕਿਉਂ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਉਹਦੇ ਬਾਰੇ ਪੂਰੀ ਵਿਸਥਾਰ ਦੇ ਵਿੱਚ ਜਿਹੜੀ ਕਿ ਜਾਣਕਾਰੀ ਦਿੱਤੀ ਜਾਵੇ ਤੇ ਵਿਆਖਿਆ ਤੇ ਜਿਹੜੇ-ਜਿਹੜੇ ਫੈਕਟ ਨੇ ਉਹਨਾਂ ਦੀ ਇਹਦੇ ਵਿੱਚ ਪੂਰੀ ਵਿਆਖਿਆ ਦਿੱਤੀ ਜਾਂਦੀ ਹੈ ਤੇ ਮਨੋਰੰਜਨ ਇਸ ਦੇ अलावा ਜੇ ਅਗਰ ਕੋਈ ਕੋਈ ਨਿਊਜ਼ ਕਿਸੇ ਕਿਸੇ ਫਿਲਮ ਜਗਤ ਬਾਰੇ ਆ ਖੇਡ ਜਗਤ ਬਾਰੇ ਆ ਬਾਲ ਜਗਤ ਬਾਰੇ ਆ ਨਾਰੀ ਜਗਤ ਬਾਰੇ ਤਾਂ ਉਹਨਾਂ ਬਾਰੇ ਵੀ ਪੂਰੀ ਜਾਣਕਾਰੀ ਦੇ ਕੇ ਜਿਹੜਾ ਕਿ ਉਸ ਹਿਸਾਬ ਦੇ ਨਾਲ ਜਿਵੇਂ ਕਿ ਫਿਲਮ ਜਗਤ ਦੇ ਵਿੱਚੋਂ ਖੇਡ ਜਗਤ ਦੇ ਵਿੱਚੋਂ ਬਾਲ ਜਗਤ ਦੇ ਵਿੱਚੋਂ ਤਾਂ ਇਹਦਾ ਉਦੇਸ਼ ਜਿਹੜਾ ਕਿ ਮਨੋਰੰਜਨ ਕਰਨਾ ਵੀ ਹੁੰਦਾ ਹੈ ਠੀਕ ਹੈ ਹੁਣ ਅੱਗੇ ਹੈ ਵਿਸ਼ੇਸ਼ ਅਖਬਾਰੀ ਰਿਪੋਰਟਰ ਲਿਖਣ ਦੀ ਵਿਧੀ ਜਾਂ ਟੰਗ ਬਾਰੇ ਜਾਣਕਾਰੀ ਦੇਣੀ ਆ ਜਾਂ ਵਿਸ਼ੇਸ਼ ਅਖਬਾਰੀ ਰਿਪੋਰਟ ਦੇ ਕਿਹੜੇ ਕਿਹੜੇ ਤੱਤ ਨੇ ਠੀਕ ਆ ਕਿਹੜੇ ਕਿਹੜੇ ਤੱਤ ਨੇ ਜਾਂ ਲਿਖਣ ਦੇ ਢੰਗ ਜਾਂ ਵਿਧੀ ਇਹਨਾਂ ਸਭ ਦਾ ਇੱਕੋ ਆਨਸਰ ਆ ਜਾਂ ਵਿਸ਼ੇਸ਼ ਪ੍ਰੈਸ ਰਿਪੋਰਟ ਆ ਜਿਹੜੀ ਕਿ ਵਿਸ਼ੇਸ਼ ਅਖਬਾਰੀ ਰਿਪੋਰਟ ਕਿਵੇਂ ਲਿਖੀ ਜਾਂਦੀ ਹੈ ਇਹਨਾਂ ਸਭ ਦੇ ਇੱਕੋ ਆਨਸਰ ਆ ਠੀਕ ਹੈ ਹੁਣ ਇਹਦੇ ਵਿੱਚ ਪਹਿਲਾਂ ਤਾਂ ਆਪਾਂ ਕੱਲੇ ਤੱਤ ਦੇਖਦੇ ਆਂ ਆਪਾਂ ਹੈਡਿੰਗ ਹੈਡਿੰਗ ਫਿਰ ਆਪਾਂ ਨੇ ਡਿਟੇਲ ਚ ਕਰਾਂਗੇ ਸੁਰਖੀ ਜਾਂ ਸਰਲੇਖ ਭਾਵ ਕਿ ਹੈਡਲਾਈਨ ਫਿਰ ਡੇਟ ਲਾਈਨ ਜਾਂ ਮਿਤੀ ਮਿਤੀ ਲਾਈਨ ਠੀਕ ਹੈ ਫਿਰ ਉਸ ਤੋਂ ਬਾਅਦ ਲੀਡ ਜਾਂ ਆਰੰਭਿਕ ਪੈਰਾ ਫਿਰ ਮੱਧ ਫਿਰ ਅੰਤਮੰਗ ਠੀਕ ਹੈ ਹਾਂਜੀ ਹੁਣ ਵਿਸ਼ੇਸ਼ ਅਖਬਾਰੀ ਰਿਪੋਰਟ ਦਾ ਸੰਬੰਧ ਪੱਤਰਕਾਰੀ ਨਾਲ ਹੈ ਜੋ ਕਿ ਜਨ ਸੰਸਾਰ ਦਾ ਇੱਕ ਸਾਧਨ ਹੈ ਠੀਕ ਹੈ ਜਨ ਸੰਸਾਰ ਦਾ ਸਾਧਨ ਹੈ ਭਾਵ ਕਿ ਲੋਕਾਂ ਨੂੰ ਜਾਣਕਾਰੀ ਦੇਣ ਦਾ ਸਾਧਨ ਹੈ ਪੱਤਰਕਾਰੀ ਤੇ ਪੱਤਰਕਾਰ ਖਬਰਾਂ ਤੱਤਾਂ ਨਾਲ ਭਰੀਆਂ ਪਿੰਪਿਨ ਪ੍ਰਕਾਰ ਦੀਆਂ ਰਿਪੋਰਟਾਂ ਨੂੰ ਅਖਬਾਰ ਦੇ ਵਿੱਚ ਛਾਪ ਕੇ ਜਾਂ ਰੇਡੀਓ ਟੈਲੀਵਿਜ਼ਨ ਰਾਹੀਂ ਇੰਟਰ ਰਾਹੀਂ ਇੰਟਰਨੈਟ ਰਾਹੀਂ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਨੇ ਤੇ ਪੱਤਰਕਾਰੀ ਦੇ ਵਿੱਚ ਰਿਪੋਰਟ ਵਿਸ਼ੇਸ਼ ਰਿਪੋਰਟ ਜਾਂ ਖਬਰ ਲਿਖਣ ਦੀ ਆਪਣੀ ਨਿਵੇਕਲੀ ਵਿਧੀ ਹੈ ਤੇ ਰੂਪ ਹੈ ਤੇ ਆਮ ਵਾਰਤਕ ਸਾਹਿਤ ਵਾਂਗ ਨਹੀਂ ਲਿਖੀ ਜਾਂਦੀ ਇਹਦੇ ਵਿੱਚ ਕਿਸੇ ਕਹਾਣੀ ਵਾਂਗ ਕੋਈ ਸਿਖਰ ਵੀ ਨਹੀਂ ਹੁੰਦਾ ਰਿਪੋਰਟ ਦੇ ਵਿੱਚ ਤੇ ਰਿਪੋਰਟ ਲਿਖਣ ਦੇ ਸਮੇ ਪੱਤਰਕਾਰ ਜਿਹੜੇ 6 ਕੱਕਿਆਂ ਦੀ ਵਰਤੋਂ ਕਰਦਾ 6 ਕੱਕੇ ਭਾਵ ਕੀ ਇਹਦੇ ਵਿੱਚ ਕੌਣ ਸ਼ਾਮਿਲ ਹੈ ਇਹਦੇ ਵਿੱਚ ਜੇ ਵਿਕਾਸ ਦੇ ਬਾਰੇ ਵੀ ਤੁਸੀਂ ਰਿਪੋਰਟ ਦੇਣੀ ਹੈ ਉਹਦੇ ਵਿੱਚ ਕੌਣ ਸ਼ਾਮਿਲ ਹੈ ਕੌਣ ਮੁਖੀ ਹੈ ਦਾ ਕਿੱਥੇ ਵਾਪਰੀ ਇਹ ਚੀਜ਼ ਕੀ ਹੋਇਆ ਇਹਦੇ ਵਿੱਚ ਕਦੋਂ ਵਾਪਰੀ ਚੀਜ਼ ਠੀਕ ਹੈ ਵੀ ਕਿਹੜੇ ਦਿਨ ਕਿਹੜੀ ਮਿਤੀ ਸੀ ਕਿਉਂ ਵਾਪਰੀ ਚੀਜ਼ ਤੇ ਕਿਵੇਂ ਹੋਇਆ ਇਹ ਸਾਰੇ ਕੱਕਿਆਂ ਦਾ ਜਵਾਬ ਆ ਜਿਹੜੇ ਕਿ ਵਿਸ਼ੇਸ਼ ਅਖਬਾਰੀ ਰਿਪੋਰਟ ਦੇ ਵਿੱਚ ਦਿੱਤਾ ਜਾਂਦਾ ਜਾਂ ਤੁਸੀਂ ਖਬਰ ਲਿਖਣ ਦੇ ਵਿੱਚ ਇਹਨਾਂ ਸ਼ਬਦਾਂ ਜਿਹੜੇ ਕਿ ਇਹਨਾਂ ਦਾ ਵੇਰਵਾ ਦਿੱਤਾ ਜਾਂਦਾ ਠੀਕ ਹੈ ਤਾਂ ਇਹਨਾਂ ਸ਼ਬਦਾਂ ਜਿਹੜੇ ਕਿ ਜਵਾਬ ਦੇਣ ਦਾ ਯਤਨ ਹੁੰਦਾ ਤੇ ਉਹ ਰਿਪੋਰਟ ਦੇ ਆਰੰਭ ਦੇ ਵਿੱਚ ਹੀ ਹੁੰਦਾ ਤੇ ਰਿਪੋਰਟ ਦੇ ਤੱਤ ਪੰਜ ਨੇ ਠੀਕ ਹੈ ਜਾਂ ਭਾਗ ਕਹਿ ਸਕਦੇ ਆਪਾਂ ਹਾਂਜੀ ਪਹਿਲਾ ਕੀ ਆ ਸੁਰਖੀ ਜਾਂ ਸਿਰਲੇਖ ਸਧਾਰਨ ਜਾਂ ਵਿਸ਼ੇਸ਼ ਰਿਪੋਰਟ ਦਾ ਪਹਿਲਾ ਤੇ ਮਹੱਤਵਪੂਰਨ ਹਿੱਸਾ ਸਿਰਲੇਖ ਹੁੰਦਾ ਜਿਸ ਨੂੰ ਉਰਦੂ ਦੇ ਵਿੱਚ ਕੀ ਕਿਹਾ ਜਾਂਦਾ ਸੁਰਖੀ ਕਿਹਾ ਜਾਂਦਾ ਹੈਡਲਾਈਨ ਤੇ ਇਹ ਅਖਬਾਰ ਦਾ ਸਭ ਤੋਂ ਵੱਧ ਮਹੱਤਵਪੂਰਨ ਤੇ ਪੜਿਆ ਜਾਣ ਵਾਲਾ ਹਿੱਸਾ ਹੁੰਦਾ ਹੈ ਖਬਰ ਦੀ ਸਾਰੀ ਸਮਗਰੀ ਭਾਵੇਂ ਭੂਤਕਾਲ ਦੇ ਵਿੱਚ ਹੁੰਦੀ ਹੈ ਪਰੰਤੂ ਸਿਰਲੇਖ ਹਮੇਸ਼ਾ ਹੀ ਵਰਤਮਾਨ ਕਾਲ ਦੀ ਵਰਤੋਂ ਕਰਦਾ ਭਾਵੇਂ ਕਿ ਸਿਰਲੇਖ ਬੇਸ਼ੱਕ ਖ਼ਬਰ ਇੱਕ ਦਿਨ ਪਹਿਲਾਂ ਵਾਪਰੀ ਵੀ ਹੋ ਸਕਦੀ ਹੈ ਜਾਂ ਹਫ਼ਤਾ ਪਹਿਲਾਂ ਵਾਪਰੀ ਵੀ ਹੋ ਸਕਦੀ ਹੈ ਬਟ ਉਹਦੀ ਜਿਹੜੀ ਕਿ ਹੈਡਲਾਈਨ ਹੁੰਦੀ ਹੈ ਉਹ ਵਰਤਮਾਨ ਸਮੇਂ ਦੇ ਵਿੱਚ ਹੁੰਦੀ ਹੈ ਵਰਤਮਾਨ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ ਉਹਦੇ ਵਿੱਚ ਠੀਕ ਹੈ ਤੇ ਇਹਦੇ ਨਾਲ ਹੀ ਸਿਰਲੇਖ ਆਮ ਕਰਕੇ ਕਰਤਰੀਵਾਚੀ ਰੀਡ ਅਧਾਰਿਤ ਖਿੱਚ ਭਰਪੂਰ ਸਰਲ ਰੋਚਕ ਸਹੀ ਤੱਥਾਂ ਉਤੇ ਅਧਾਰਿਤ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਆਪਾਂ ਜਦੋਂ ਨਿਊਜ਼ਪੇਪਰ ਨੂੰ ਰੀਡ ਕਰਦੇ ਆਪਣੇ ਕੋਲ ਘੱਟ ਟਾਈਮ ਹੁੰਦਾ ਤਾਂ ਆਪਾਂ ਹੈਡਲਾਈਨ ਹੀ ਰੀਡ ਕਰਦੇ ਹਣਾ ਤਾਂ ਮੋਸਟਲੀ ਹੈਡਲਾਈਨ ਨੇ ਰੀਡ ਕਰਕੇ ਛੱਡ ਦਿੱਤੇ ਜਾਂਦੇ ਨੇ ਭਾਵ ਕਿ ਹੈਡਲਾਈਨ ਅਟਰੈਕਟਿਵ ਹੋਣਾ ਚਾਹੀਦਾ ਰੋਚਕ ਹੋਣਾ ਚਾਹੀਦਾ ਸਹੀ ਤੱਥਾਂ ਤੇ ਅਧਾਰਿਤ ਹੋਣਾ ਚਾਹੀਦਾ ਤੇ ਸਰਲੇਖ ਕਈ ਪ੍ਰਕਾਰ ਦੇ ਹੁੰਦੇ ਨੇ ਜਿਵੇਂ ਬੈਨਰ ਸਰਲੇਖ ਸਕਾਈ ਲਾਈਨ ਵੈਸਟ ਲਾਈਨ ਕੇਂਦ੍ਰਿਤ ਸਟੈਪ ਲਾਈਨ ਡਰਾਪ ਲਾਈਨ ਇਹਦੇ ਵਿੱਚੋਂ ਜਿੰਨੇ ਤੁਹਾਡੇ ਯਾਦ ਹੋਗੇ ਉਨੇ ਕ ਜਾਰ ਕਰ ਲੈਣੇ ਤੁਸੀਂ ਠੀਕ ਹੈ ਤਿਕੋਣ ਖੱਬਾ ਪਲਸ ਤੇ ਲੇਖ ਜਿੰਨੇ ਕ ਜਾਰ ਹੋ ਸਕੇ ਤੁਹਾਡੇ ਹੈਂਗਿੰਗ ਇਨ ਡੇ ਇਨ ਡੇਟ ਹੈਡਲਾਈਨ ਕ੍ਰੋਸ ਲਾਈਨ ਹੈਡ ਸਰ ਲੇਖ ਠੀਕ ਹੈ ਹਾਂਜੀ ਇਨਾਂ ਦਾ ਅਖਬਾਰ ਦੇ ਵਿੱਚ ਵਿਸ਼ੇਸ਼ ਸਥਾਨ ਹੁੰਦਾ ਜੋ ਪਾਠਕ ਨੂੰ ਪੜਨ ਨੂੰ ਅਖਬਾਰ ਨੂੰ ਪੜਨ ਦੀ ਉਤਸੁਕਤਾ ਪੈਦਾ ਕਰ ਦੇਣਾ ਹੈਡਲਾਈਨਸ ਸੁਰਖੀਆਂ ਦੇ ਨਾਲ ਹੀ ਖਬਰ ਦੇ ਵਿਸ਼ੇ ਦੀ ਸਮਗਰੀ ਬਾਰੇ ਵੀ ਦਰਸਾ ਕੇ ਸਮੇਂ ਦੀ ਵਚਤ ਕਰਦਾ ਤੇ ਪਿੰਨ ਪਿੰਨ ਪ੍ਰਕਾਰ ਦੇ ਸਰਲੇਖ ਅਖਬਾਰਾਂ ਦੀਆਂ ਵਧੀਆ ਮੇਕਅਪ ਦੇ ਵਿੱਚ ਸਹਾਇੀ ਹੁੰਦੇ ਨੇ ਸੈਕਿੰਡ ਪੁਆਇੰਟ ਹੈਗਾ ਡੇਟ ਲਾਈਨ ਜਾਂ ਮਿਤੀ ਲਾਈਨ ਡੇਟ ਲਾਈਨ ਜਾਂ ਮਿਤੀ ਲਾਈਨ ਕਿਸੇ ਵੀ ਖਬਰ ਦੇ ਬਾਪਰਨ ਦਾ ਸਮੇਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆ ਜਿਵੇਂ ਕਿ ਜਿਵੇਂ ਕਿ ਇਹ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮੱਧ ਪ੍ਰਦੇਸ਼ ਵਿੱਚ ਰੋਡ ਸ਼ੋਅ ਠੀਕ ਹੈ ਅੱਗੇ ਦੇਖੋ 9 ਨਵੰਬਰ ਲਿਖਿਆ ਹੋਇਆ ਚੰਡੀਗੜ੍ਹ ਠੀਕ ਹੈ ਸਾਰਾ ਮਤਲਬ ਕਿ ਖਬਰ ਬਾਰੇ ਜਾਣਕਾਰੀ ਆਪਾਂ ਨੂੰ ਦਿੱਤੀ ਹੋਈ ਵੀ ਕਦੋਂ ਕੋਈ ਚੀਜ਼ ਜਿਹੜੀ ਕਿਹਾ ਗਿਆ ਠੀਕ ਹੈ ਐਵੇਂ ਉਹ ਹੁੰਦੀ ਹੈ ਡੇਟ ਲਾਈਨ ਮਤਲਬ ਕਿ ਉੱਥੇ ਮਿਤੀ ਦਿੱਤੀ ਵੀ ਹੁੰਦੀ ਆਪਾਂ ਨੂੰ ਤੇ ਇਹ ਵੀ ਦੱਸਦੀ ਹੈ ਕਿ ਖਬਰ ਜਾਂ ਰਿਪੋਰਟ ਜਾਂ ਵਿਸ਼ੇਸ਼ ਰਿਪੋਰਟ ਦਾ ਸਬੰਧ ਕਿਸ ਸਥਾਨ ਨਾਲ ਕਿਸ ਏਰੀਆ ਦੇ ਨਾਲ ਤੇ ਇਸ ਸਬੰਧ ਦੇ ਵਿੱਚ ਦੋ ਕੱਕਿਆਂ ਕਦੋਂ ਕਦੋਂ ਵਾਪਰੀ ਕੀ ਚੀਜ਼ ਮਤਲਬ ਕਿ ਮਿਤੀ ਦਿੱਤੀ ਵੀ ਹੁੰਦੀ ਆਪਾਂ ਨੂੰ ਕਿੱਥੇ ਵਾਪਰੀ ਉਹ ਜਗ੍ਹਾ ਦਾ ਸਥਾਨ ਦਾ ਆਪਾਂ ਵੇਰਵਾ ਦਤਾ ਹੁੰਦਾ ਅਗੇ ਹੈ ਲੀਡ ਜਾਂ ਆਰੰਭਿਕ ਪੈਰਾ ਇਹ ਰਿਪੋਰਟ ਵਿਸ਼ੇਸ਼ ਰਿਪੋਰਟ ਜਾਂ ਖਬਰ ਦਾ ਤੀਜਾ ਭਾਗ ਹੁੰਦਾ ਤੇ ਇਹ ਰਿਪੋਰਟ ਵਿਸ਼ੇਸ਼ ਰਿਪੋਰਟ ਜਾਂ ਖਬਰ ਦੇ ਸਿਰਲੇਖ ਤੇ ਡੇਟ ਲਾਈਨ ਤੋਂ ਮਗਰੋਂ ਠੀਕ ਹੈ ਡੇਟ ਲਾਈਨ ਤੋਂ ਮਗਰੋਂ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਇਸ ਦੇ ਵਿੱਚ ਬਾਕੀ ਸਾਰੇ ਜਿਹੜੇ ਚਾਰ ਕੱਕੇ ਨੇ ਉਹਨਾਂ ਦਾ ਦੋ ਕੱਕੇ ਨਾਲ ਤਾਂ ਇੱਥੇ ਵੇਰਵਾ ਮਿਲ ਗਿਆ ਬਾਕੀ ਜਿਹੜੇ ਚਾਰ ਨੇ ਉਹਨਾਂ ਦਾ ਇੱਥੇ ਵੇਰਵਾ ਮਿਲਦਾ ਕੌਣ ਠੀਕਾ ਵੀ ਕੌਣ ਇਹਦੇ ਵਿੱਚ ਸ਼ਾਮਲ ਕੀ ਹੈ ਇਹਦੇ ਵਿੱਚ ਕਿਵੇਂ ਹੈ ਤੇ ਕਿਉਂ ਹੈ ਇਹਦਾ ਆਪਾਂ ਨੂੰ ਜਵਾਬ ਮਿਲਦਾ ਤੇ ਇਸ ਵਿੱਚ ਖਬਰਾਂ ਜਾਂ ਰਿਪੋਰਟ ਸੰਬੰਧੀ ਸੰਖੇਪ ਜਾਣ ਪਛਾਣ ਮੌਜੂਦ ਹੁੰਦੀ ਹੈ ਤੇ ਬਹੁਤੇ ਪਾਠਕ ਜਿਹੜੇ ਕਿ ਆਮ ਕਰਕੇ ਸਿਰਲੇਖ ਜਾਂ ਲੀਡ ਹੀ ਪੜਦੇ ਨੇ ਤੇ ਪੂਰੀ ਖਬਰ ਜਾਂ ਰਿਪੋਰਟ ਪੜਨ ਦੇ ਵਿੱਚ ਉਹਨਾਂ ਦੀ ਦਿਲਚਸਪੀ ਘੱਟ ਹੁੰਦੀ ਹੈ ਤੇ ਇੱਕ ਚੰਗੀ ਲੀਡ ਦੇ ਪਹਿਲੇ ਭਾਗ ਦੇ ਵਿੱਚ ਹੀ ਖਬਰ ਦੇ ਸਾਰੇ ਮਹੱਤਵਪੂਰਨ ਤੱਤ ਸਮਾਈ ਹੁੰਦੇ ਨੇ ਜਿਵੇਂ ਕਿ ਸ਼ਹਿਰ ਵਿੱਚ ਅਵਾਰਾ ਗਊਆਂ ਦੀ ਸਾਂ ਸੰਭਾਲ ਲਈ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਤੋਂ ਹਰ ਮਹੀਨੇ ਗਊ ਟੈਕਸ ਵਸੂਲੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ باوجود ਅਵਾਰਾ ਗੋਹਾਂ ਸ਼ਹਿਰਾਂ ਦੇ ਵਿੱਚ ਪਹਿਲਾਂ ਵਾਂਗ ਹੀ ਫਿਰ ਰਹੀਆਂ ਨੇ ਤੇ ਉਹਨਾਂ ਨੇ ਸੰਭਾਲ ਲਈ ਨਿਗਮ ਦੀ ਕਾਰਜ ਪ੍ਰਣਾਲੀ ਨਿਗਮ ਦੀ ਕਾਰਜ ਪ੍ਰਣਾਲੀ ਵਿੱਚ ਹੋਇਆ ਸਦਾਰਨ ਦਿਖਾਈ ਨਹੀਂ ਦਿੰਦਾ ਤੇ ਇਸ ਪ੍ਰਕਾਰ ਚੰਗੀ ਲੀਡ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਸਾਰੀ ਖਬਰ ਦਾ ਨਿਚੋੜ ਆ ਜਿਹੜੇ ਕਿ ਦਿੱਤਾ ਜਾਂਦਾ ਠੀਕ ਹੈ ਤੇ ਸਪਸ਼ਟ ਹੈ ਕਿ ਆਪਾਂ ਲੀਡ ਤੋਂ ਮਗਰੋਂ ਰਿਪੋਰਟ ਦੇ ਵਿੱਚ ਇਹੋ ਜਿਹਾ ਲਿਖਾ ਹੋਊਗਾ ਕਿ ਇਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਗੋਹਾਂ ਦੀ ਸਾਮ ਸੰਭਾਲ ਦੇ ਨਾਂ ਹੇਠ ਨਗਰ ਨਿਗਮ ਨੇ ਕਿਸ ਤਰੀਕ ਨੂੰ ਕਿੰਨਾ-ਕਿੰਨਾ ਚੀਜ਼ਾਂ ਉੱਤੇ ਟੈਕਸ ਲਗਾ ਕੇ ਲੱਖਾਂ ਰੁਪਏ ਇਕੱਠੇ ਕੀਤੇ ਨੇ ਭਾਵ ਕਿ ਵਿੱਚੋ ਦੇ ਸਾਰੀ ਜਾਣਕਾਰੀ ਹੋ ਗਈ ਬਟ ਇੱਥੋਂ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਜਿਹੜੀ ਕਿ ਦੋ ਲਾਈਨਾਂ ਤੋਂ ਹੀ ਆਪਾਂ ਨੂੰ ਸਾਰੀ ਖਬਰ ਬਾਰੇ ਪਤਾ ਲੱਗਿਆ ਠੀਕ ਹੈ ਉਹਨੂੰ ਆਪਾਂ ਕਹਾਂਗੇ ਇਹਦਾ ਵਿੱਚ ਲੀਡ ਜਾਂ ਆਰੰਭਿਕ ਪੈਰਾ ਠੀਕ ਹੈ ਉਸ ਤੋਂ ਬਾਅਦ ਅੱਗੇ ਲੀਡ ਰਿਪੋਰਟ ਜਦ ਵਿਸ਼ੇਸ਼ ਰਿਪੋਰਟ ਦਾ ਖਬਰ ਦਾ ਉਹ ਹਿੱਸਾ ਹੁੰਦਾ ਜਿਸ ਦੇ ਵਿੱਚ ਲੇਖਕ ਦੀ ਲਿਖਣ ਕਲਾ ਦਾ ਸਭ ਤੋਂ ਵੱਧ ਪ੍ਰਗਟਾਵਾ ਹੁੰਦਾ ਤੇ ਇਸ ਕਰਕੇ ਜੋ ਕਿ ਪੱਤਰਕਾਰ ਦੇ ਵਿੱਚ ਲੀਡ ਲੇਖਨ ਦੇ ਸਭ ਤੋਂ ਵੱਧ ਜੋਰ ਦਿੱਤਾ ਜਾਂਦਾ ਤੇ ਇਸ ਨੂੰ ਚੰਗੇ ਪੱਤਰਕਾਰ ਦਾ ਦਰਪਣ ਵੀ ਕਿਹਾ ਜਾਂਦਾ ਸ਼ਿਸ਼ਾ ਵੀ ਕਿਹਾ ਜਾਂਦਾ ਤੇ ਇਸ ਦੇ ਵਿੱਚ ਖਬਰ ਵਿੱਚਲੇ ਸਾਰੇ ਤੱਤਾਂ ਦਾ ਸੰਖੇਪਿਤ ਤੇ ਸਪਸ਼ਟ ਵਿਅਨਨ ਹੁੰਦਾ ਇਸ ਦੇ ਹੇਠ ਲਿਖੇ ਕਿਸਮਾਂ ਨੇ ਸੰਖੇਪ ਲੀਡ ਟੁਕ ਲੀਡ ਗੋਲੀ ਲੀਡ ਸਵਾਲੀਆ ਲੀਡ ਕ੍ਰਮਿਕ ਲੀਡ ਸਾਇਤਿਕ ਲੀਡ ਇਤਿਹਾਸਿਕ ਲੀਡ ਹੈਰਾਨੀ ਜਾਣਕ ਲੀਡ ਅਦੇਸ਼ ਅਦੇਸ਼ਾਤਮਕ ਲੀਡ ਵਰਨਾਤਮਕ ਲੀਡ ਨਾਟਕੀ ਲੀਡ ਕੈਪਸੂਲ ਲੀਡ ਸੰਬੋਧਨੀ ਲੀਡ ਆਮ ਲੀਡ ਤੋਲਾਤਮਕ ਲੀਡ ਲੰਮਕਾ ਲੀਡ ਅਗਲਾ ਫੋਰਥ ਹੈਡਿੰਗ ਹੋਊਗਾ ਮੱਥ ਠੀਕ ਆ ਤਤ ਜਾਨ ਲਿਖਣ ਦੇ ਦੇ ਟੰਗ ਨੇ ਵਿਧੀਆਂ ਮੱਧ ਲੀਡ ਤੋਂ ਪਿੱਛੇ ਖਬਰ ਨੂੰ ਵਿਸਥਾਰ ਦੇ ਨਾਲ ਦੱਸਣ ਵਾਲੇ ਹਿੱਸੇ ਨੂੰ ਆਪਾਂ ਕੀ ਕਹਿੰਦੇ ਆ ਰਿਪੋਰਟ ਦਾ ਮੱਧ ਭਾ ਕਿਹਾ ਜਾਂਦਾ ਲੀਡ ਤੋਂ ਬਾਅਦ ਵਿਸ਼ੇਸ਼ ਵਿਸਥਾਰ ਦੇ ਵਿੱਚ ਖਬਰ ਨੂੰ ਲਿਖਣ ਦੇ ਹਿੱਸੇ ਨੂੰ ਬਾਗੀ ਕਹਿੰਦੇ ਆ ਰਿਪੋਰਟ ਦਾ ਮੱਧ ਕਿਹਾ ਜਾਂਦਾ ਬੋਡੀ ਕਿਹਾ ਜਾਂਦਾ ਠੀਕ ਹੈ ਖਬਰ ਜਾਂ ਰਿਪੋਰਟ ਜਾਂ ਵਿਸ਼ੇਸ਼ ਰਿਪੋਰਟ ਦੇ ਇਸ ਹਿੱਸੇ ਦੇ ਵਿੱਚ ਤੱਥਾਂ ਦਾ ਵਿਸਥਾਰ ਦਿੱਤਾ ਜਾਂਦਾ ਤੇ ਉਹਨਾਂ ਦੇ ਪਿੰਨ-ਪਿੰਨ ਪੱਖਾਂ ਨੂੰ ਖੋਲ ਕੇ ਬਿਆਨ ਕੀਤਾ ਜਾਂਦਾ ਅੱਗੇ ਹੈ 5ਵਾਂ ਪੁਆਇੰਟ ਅੰਤਿਮ ਭਾਗ ਤੇ ਰਿਪੋਰਟ ਵਿਸ਼ੇਸ਼ ਰਿਪੋਰਟ ਜਾਂ ਖਬਰ ਦੇ ਅੰਤਮ ਹਿੱਸੇ ਨੂੰ ਆਪਾਂ ਟੇਲ ਕਿਹਾ ਜਾਂਦਾ ਤੇ ਇਸ ਵਿੱਚ ਖਬਰ ਦੇ ਘੱਟ ਮਹੱਤਵਪੂਰਨ ਤੱਥ ਪੇਸ਼ ਕੀਤੇ ਜਾਂਦੇ ਨੇ ਇਹਦੇ ਨਾਲ ਹੀ ਜਿਹੜੀ ਕਿ ਖਬਰ ਦੀ ਸਮਾਪਤੀ ਹੋ ਜਾਂਦੀ ਹੈ ਹਾਂਜੀ ਇਸ ਤੋਂ ਬਾਅਦ ਆ ਜਿਹੜੇ ਕਿ ਆਪਾਂ ਨੇ ਹੁਣ ਇਹ ਪੰਜ ਪੁਆਇੰਟ ਹੈਗੇ ਨੇ ਤੱਤ ਤੱਤ ਜਾਂ ਉਹਨੂੰ ਲਿਖਣ ਦੇ ਢੰਗ ਵਿਧੀਆਂ ਠੀਕ ਹੈ ਉਸ ਤੋਂ ਅਗਲੇ ਕੁਐਸਚਨ ਹੋਊਗਾ ਲਿਖਣ ਸ਼ੈਲੀਆਂ ਕਿਹੜੇ ਕਿਹੜੇ ਨੇ ਵਿਸ਼ੇਸ਼ਕਵਾਰੀ ਰਿਪੋਰਟ ਨੂੰ ਲਿਖਣ ਸ਼ੈਲੀਆਂ ਕਿਹੜੀਆਂ ਕਿਹੜੀਆਂ ਨੇ ਤਾਂ ਇਹਨਾਂ ਦੇ ਵਿੱਚ ਆ ਜਾਂਦਾ ਉਲਟ ਤਿਕੋਣ ਜਾਂ ਉਲਟ ਤਿਕੋਣ ਲੜੀ ਸ਼ੈਲੀ ਕਾਲਕ੍ਰਮ ਸ਼ੈਲੀ ਠੀਕ ਹੈ ਵੀ ਪੂਰੇ ਕਾਲਕ੍ਰਮ ਦੇ ਵਿੱਚ ਪਹਿਲਾਂ ਇਹ ਘਟਨਾ ਫਿਰ ਇਹ ਘਟਨਾ ਫਿਰ ਇਹ ਘਟਨਾ ਲੰਕਾ ਸ਼ੈਲੀ ਸਸਪੈਂਡਡ ਸਸਪੈਂਸ ਰੱਖਣਾ ਕਿਸੇ ਚੀਜ਼ ਦੇ ਵਿੱਚ ਠੀਕ ਹੈ ਮਿਸ਼ਰਤ ਸ਼ੈਲੀ ਤੇ ਫੀਚਰ ਮੁਖੀ ਸ਼ੈਲੀ ਹੁਣ ਇਹਨਾਂ ਨੂੰ ਆਪਾਂ ਵਿਸਥਾਰ ਦੇ ਵਿੱਚ ਕਰਦੇ ਹਾਂ ਉਲਟ ਤਿਕੋਣ ਲੜੀ ਸ਼ੈਲੀ ਰਿਪੋਰਟ ਜਾਂ ਖਬਰ ਲਿਖਣ ਦੀ ਸੰਸਾਰ ਭਰ ਦੇ ਵਿੱਚ ਹਰਮਨਪੈਰੀ ਸ਼ੈਲੀ ਹੈ ਠੀਕ ਹੈ ਸਭ ਤੋਂ ਵੱਧ ਇਹ ਹਰਮਨਪੈਰੀ ਸ਼ੈਲੀ ਹੈ ਉਲਟ ਤਿਕੋਣ ਲੜੀ ਤੇ ਇਸ ਸ਼ੈਲੀ ਦੇ ਵਿੱਚ ਖਬਰ ਦੇ ਸਭ ਤੋਂ ਮਹੱਤਵਪੂਰਨ ਤੱਥਾਂ ਨੂੰ ਆਰੰਭ ਦੇ ਵਿੱਚ ਹੀ ਪੇਸ਼ ਕਰ ਲਿਆ ਜਾਂਦਾ ਜਿਵੇਂ ਕਿ 6 ਕੱਕੇ ਨੇ ਜਿਹੜੇ ਕੀ ਕੌਣ ਕਿੱਥੇ ਕਿਉਂ ਕਦੋਂ ਕਿਵੇਂ ਇਹਦਾ ਜਵਾਬ ਇਸ ਦੇ ਆਰੰਭ ਦੇ ਵਿੱਚ ਹੀ ਮਿਲ ਜਾਂਦਾ ਤੇ ਅੱਗੋਂਾਂ ਦੀ ਫਿਰ ਵਿਆਖਿਆ ਤੇ ਵਿਸਥਾਰ ਵਿੱਚ ਪੇਸ਼ ਕੀਤਾ ਜਾਂਦਾ ਇਸ ਸ਼ੈਲੀ ਵਿੱਚ ਲਿਖੀ ਖਬਰ ਨੂੰ ਸੰਪਾਦਿਤ ਕਰਨਾ ਵੀ ਸੌਖਾ ਹੁੰਦਾ ਹੈ ਉਲਟੇ ਤਿਕੋਨ ਲੜੀ ਦੇ ਵਿੱਚ ਠੀਕ ਹੈ ਸੌਖਾ ਹੁੰਦਾ ਤੇ ਇਸ ਦੇ ਵਿੱਚ ਲੋੜ ਅਨਸਾਰ ਆਪਾਂ ਘਾਟਾ ਵਾਧਾ ਵੀ ਕਰ ਸਕਦੇ ਹੁੰਦੇ ਆ ਸੰਭਵ ਹੁੰਦਾ ਵੀ ਤੇ ਖਬਰ ਲਿਖਣ ਦੀ ਸ਼ੈਲੀ ਦੇ ਸ਼ੈਲੀ ਦੁਆਰਾ ਕੱਟ ਜਗ੍ਹਾ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਪੇਸ਼ ਕੀਤੀ ਜਾ ਸਕਦੀ ਹੈ ਅੱਗੇ ਹੈਗੀ ਆ ਕਾਲ ਕਰਮ ਇਸ ਸ਼ੈਲੀ ਦੀ ਵਿਸ਼ੇਸ਼ਤਾ ਹੈ ਕਿ ਜਿਸ ਦੇ ਜਿਸ ਕਰਮ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਉਸ ਨੂੰ ਉਸੇ ਕਰਮ ਦੇ ਵਿੱਚ ਪੇਸ਼ ਕੀਤਾ ਜਾਂਦਾ ਠੀਕ ਹੈ ਵੀ ਉਸੇ ਕਰਮ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਵੇਂ ਖੇਡਾਂ ਦੇ ਬਹੁਤ ਸਾਰੇ ਸਮਾਚਾਰ ਇਸੇ ਸ਼ੈਲੀ ਦੇ ਵਿੱਚ ਲਿਖੇ ਜਾਂਦੇ ਨੇ ਮਤਭਾਵ ਕਿ ਖੇਡਾਂ ਵਾਲੇ ਸਮਾਚਾਰ ਆ ਉਹ ਕਾਲਕ੍ਰਮ ਸ਼ੈਲੀ ਦੇ ਵਿੱਚ ਲਿਖੇ ਜਾਂਦੇ ਨੇ ਖਾਸ ਕਰ ਸੈਮੀ ਸੈਮੀ ਅਤੇ ਫਾਈਨਲ ਮੈਚਾਂ ਤੋਂ ਪਹਿਲਾਂ ਹੋਏ ਮੈਚਾਂ ਸੰਬੰਧੀ ਜਾਣਕਾਰੀ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਤੋਂ ਹੋਏ ਜਿਹੜੇ ਪਹਿਲਾਂ ਮੈਚਾਂ ਬਾਰੇ ਜਾਣਕਾਰੀ ਦੇਣ ਲਈ ਕਾਲਕ੍ਰਮ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਹੈ ਲੰਮਕਾ ਸ਼ੈਲੀ ਖਬਰਾਂ ਖਬਰ ਲਿਖਣ ਜਾਂ ਵਿਸ਼ੇਸ਼ ਅਖਬਾਰੀ ਰਿਪੋਰਟ ਲਿਖਣ ਦੀ ਇਹ ਸ਼ੈਲੀ ਜਾਸੂਸੀ ਨਾਵਲਾਂ ਵਰਗੀ ਹੈ ਠੀਕਾ ਜਾਸੂਸੀ ਨਾਵਲ ਵਰਗੀ ਹੁੰਦੀ ਹੈ ਜਿਸ ਦੇ ਵਿੱਚ ਸਸਪੈਂਸ ਰੱਖਿਆ ਜਾਂਦਾ ਤੇ ਸਾਹਿਤਿਕ ਕਹਾਣੀ ਵਰਗੀ ਹੁੰਦੀ ਹੈ ਜਿਸ ਦੇ ਵਿੱਚ ਖਬਰ ਦਾ ਨਿਚੋੜ ਜਾਂ ਕਹਾਣੀ ਦਾ ਸਿਖਰ ਉਸ ਦੇ ਅੰਤ ਦੇ ਵਿੱਚ ਪੇਸ਼ ਕੀਤਾ ਜਾਂਦਾ ਪਹਿਲਾਂ ਦੇ ਵਿੱਚ ਸਸਪੈਂਸ ਰੱਖਿਆ ਜਾਂਦਾ ਜਿਸ ਵਿੱਚ ਪਾਠਕਾਂ ਦੇ ਦਿਲਚਸਪੀ ਅੰਤ ਤੱਕ ਬਰਕਰਾਰ ਰੱਖੀ ਜਾਂਦੀ ਹੈ ਤੇ ਇਸ ਦੇ ਵਿੱਚ ਕਹਾਣੀ ਰਸ ਨੂੰ ਵੀ ਕਾਇਮ ਰੱਖਿਆ ਜਾਂਦਾ ਹੈ अपराधादी ਦੁਨੀਆ ਨਾਲ ਸੰਬੰਧਿਤ ਜਿਹੜੇ ਰਿਪੋਰਟਾਂ ਹੁੰਦੀਆਂ ਨੇ ਜਾਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੱਤਰਕਾਰ ਲੰਮਕਾ ਸ਼ੈਲੀ ਦੀ ਹੀ ਵਰਤੋਂ ਕਰਦੇ ਨੇ ਸਸਪੈਂਸ ਵਾਲੀ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਅਪਰਾਧਾਂ ਵਾਲੀਆਂ ਜਿਹੜੀ ਕਿ ਦੁਨੀਆ ਨਾਲ ਸੰਬੰਧਿਤ ਜਿਹੜੇ ਕਿ ਨਿਊਜ਼ ਹੁੰਦੀਆਂ ਨੇ ਠੀਕ ਹੈ ਅਗਲਾ ਹੈਗਾ ਮਿਸ਼ਰਤ ਸ਼ੈਲੀ ਹਾਂਜੀ ਕਈ ਵਾਰੀ ਖਬਰ ਜਾਂ ਰਿਪੋਰਟ ਲਿਖਣ ਲਈ ਮਿਸ਼ਰਤ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿਧੀ ਵਿੱਚ ਲੀਡ ਪੈਰਾ ਉਲਟੇ ਤਿਕੋਣ ਸ਼ੈਲੀ ਦੇ ਰੂਪ ਦੇ ਵਿੱਚ ਦੇ ਕੇ ਬਾਕੀ ਖਬਰ ਨੂੰ ਘਟਨਾ ਦੇ ਕਰਮ ਅਨਸਾਰ ਭਾਵ ਕੀ ਸਾਰੀਆਂ ਸ਼ੈਲੀਆਂ ਦੇ ਵਿੱਚ ਵਰਤੋ ਕਰਾਂ ਜਿਵੇਂ ਪਹਿਲੀ ਸ਼ੈਲੀ ਦੀ ਉਲਟ ਦੀ ਕੋਣ ਸ਼ੈਲੀ ਦੀ ਵਰਤੋਂ ਕਰ ਲਈ ਫਿਰ ਉਸ ਤੋਂ ਬਾਅਦ ਕਰਮ ਸ਼ੈਲੀ ਦੀ ਵਰਤੋਂ ਕਰ ਲਈ ਫਿਰ ਲਮਕਾ ਸ਼ੈਲੀ ਦੀ ਵਰਤੋਂ ਕਰ ਲਈ ਠੀਕ ਹੈ ਫਿਫਥ ਹੈਗਾ ਫੀਚਰ ਮੁਖੀ ਸ਼ੈਲੀ ਫੀਚਰ ਮੁਖੀ ਸ਼ੈਲੀ ਦੇ ਵਿੱਚ ਲੇਖਕ ਰਿਪੋਰਟ ਲਿਖਦੇ ਸਮੇਂ ਫੀਚਰ ਲਿਖਣ ਵਾਂਗ ਸਾਹਿਤਿਕ ਮਹਾਵਰੇਦਾਰ ਲੱਛੇਦਾਰ ਸਿਲੀ ਭਾਸ਼ਾ ਦੀ ਵਰਤੋਂ ਕਰਦਾ ਤੇ ਉਸ ਨੂੰ ਭਾਵਕ ਬਣਾਉਣ ਲਈ ਉਹਨੂੰ ਫੀਲਿੰਗਸ ਦੇ ਨਾਲ ਟੱਚ ਕਰਨ ਵਾਲੀ ਜਿਹੜੀ ਕਿ ਬਣਾਉਂਦਾ ਜਜ਼ਬਾਤੀ ਬਣਾਉਂਦਾ ਗੰਭੀਰ ਤੇ ਜਿਹੜੇ ਦੁਖਦਾਈ ਘਟਨਾਵਾਂ ਹੁੰਦੀਆਂ ਨੇ ਠੀਕ ਹੈ ਸੀਰੀਅਸ ਜਿਹੜੇ ਮਾਮਲੇ ਹੁੰਦੇ ਨੇ ਉਹ ਜਾਂ ਕੁਦਰਤੀ ਆਫਤਾਂ ਦੇ ਕਹਿਰ ਬਾਰੇ ਜਾਣਕਾਰੀ ਦੇਣੀ ਉਹ ਫੀਚਰ ਮੁੱਖੀ ਸ਼ੈਲੀ ਦੇ ਵਿੱਚ ਦਿੱਤੇ ਜਾਂਦੇ ਨੇ ਤੇ ਅੰਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਖਬਰ ਜਾਂ ਰਿਪੋਰਟ ਵਿਸ਼ੇਸ਼ ਅਖਬਾਰੀ ਰਿਪੋਰਟ ਲਿਖਣ ਲਈ ਭਾਵੇਂ ਕੋਈ ਵੀ ਸ਼ੈਲੀ ਬਣਾਇਆ ਜਾਵੇ ਪਰੰਤੂ ਉਹ ਤੱਥਾਂ ਤੇ ਹਕੀਕਤਾਂ ਤੇ ਅਧਾਰਿਤ ਹੋਣੀ ਚਾਹੀਦੀ ਆ ਤੱਥਾਂ ਨੂੰ ਤੋਰ ਮਰੋੜ ਕੇ ਪੇਸ਼ ਕਰਨਾ ਨੈਤਿਕਤਾ ਦੇ ਵਿਰੁੱਧ ਸਮਝਿਆ ਜਾਂਦਾ ਛੇਕੱਕਿਆਂ ਨਾਲ ਸੰਬੰਧੀ ਜਿੱਥੇ ਸੱਚ ਤੇ ਨਿਰਪੱਖ ਹੋਣਾ ਜ਼ਰੂਰੀ ਆ ਪਾਵ ਕੀ ਛੇ ਕੱਕਿਆਂ ਨਾਲ ਸੰਬੰਧਿਤ ਜਿਹੜੀ ਕਿ ਉਹਨਾਂ ਦੇ ਨਾਲ ਨਾਲ ਛੇ ਕੱਕਿਆਂ ਦਾ ਆਪਣਾ ਅੰਤਰ ਮਿਲੇ ਹੀ ਮਿਲੇ ਨਾਲ ਦੀ ਨਾਲ ਸੱਚ ਤੇ ਨਿਰਪੱਖਤਾ ਹੋਣੀ ਜ਼ਰੂਰੀ ਹੈ ਤੇ ਇਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਛਲਿ ਦੇ ਵਿੱਚ ਸ਼ੁੱਧਤਾ ਸਪਸ਼ਟਤਾ ਤੌਰ ਪਰਿਵਰਤਨ ਵਿਵੇਕਸ਼ੀਲਤਾ ਤੇ ਇਥੇ ਇਹ ਕੁਐਸਚਨ ਦਾ ਜਿਹੜੇ ਕਿ ਅੰਤ ਹੈ ਪਾਵ ਕੀ ਕਿਹੜਾ ਆਪਣਾ ਕੁਐਸਚਨ ਕੀਤਾ ਹੈ ਆਪਾਂ ਨੇ ਕੁਐਸਚਨ ਕੀਤਾ ਹੈਗਾ ਵਿਸ਼ੇਸ਼ ਅਖਬਾਰੀ ਰਿਪੋਰਟ ਕੀ ਹੈ ਤੇ ਇਸ ਨੂੰ ਲਿਖਣ ਦੇ ਢੰਗ ਜਾਂ ਵਿਧੀਆ ਜਾਂ ਇਹਦੇ ਤੱਤ ਇੱਕੋ ਗੱਲ ਆ ਫਿਰ ਇਹਨੂੰ ਜਿਹੜੇ ਕਿ ਸ਼ੈਲੀਆਂ ਕਿੜੀਆਂ ਲਿਖਣ ਸ਼ੈਲੀਆਂ